ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੌਟ ਦੇ ਗੁਰੂ ਤੇਗ ਬਹਾਦਰ ਖਾਲਸਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਛੱਪੇਵਾਲੀ ਦੇ ਕਾਲਜ ਵਿੱਚ ਉਸ ਵੇਲੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਕਾਲਜ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਨ ਵਾਲੇ ਨਾਨ ਟੀਚਿੰਗ ਸਟਾਫ ਦਾ ਪਿਛਲੇ 8 ਮਹੀਨਿਆਂ ਤੋਂ ਕੋਈ ਤਨਖਾਹ ਨਾ ਦੇਣ ਅਤੇ ਜਬਰੀ ਛੁੱਟੀ ਤੇ ਭੇਜੇ ਜਾਣ ਦੇ ਵਿਰੋਧ ਵਿੱਚ ਕਾਲਜ ਦੀ ਮੈਨੇਜਮੈਂਟ ਖਿਲਾਫ ਰੋਸ ਧਰਨਾ ਲਗਾ ਕੇ ਨਾਰੇਬਾਜ਼ੀ ਕੀਤੀ ਗਈ। ਅੱਜ ਦਾ ਮੁੱਦਾ ਇਹ ਹੈ, ਸਾਨੂੰ 8 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਜੀ। ਬੱਚੇ ਘਰੇ ਰੋਂਦੇ ਕਲਾਉਂਦੇ ਨੇ, 4th ਕਲਾਸ ਦੇ ਸਾਰੇ, ਤੇ ਇਹ ਜਿੰਨੇ ਡਾਇਰੈਕਟਰ ਨੇ ਉੱਪਰ ਹਾਈ ਲੈਵਲ ਦੇ ਉੱਪਰ ਬੈਠ ਕੇ ਇਹ ਇਦੋਂ ਵੱਧ ਤੋਂ ਵੱਧ ਤਨਖਾਹ ਲੈਂਦੇ ਨੇ ਤੇ ਸਟਾਫ ਨੂੰ ਹਰਾਸ ਕਰਦੇ ਨੇ, ਚਾਹੇ ਉਹ ਕਲੈਰੀਕਲ ਆ, ਚਾਹੇ ਉਹ ਛੋਟੇ ਵਾਲਾ, ਚਾਹੇ ਉਹ 4th ਕਲਾਸ ਆ, ਇਹ ਸਾਰਿਆਂ ਤੇ ਜ਼ੁਲਮ ਕਰਦੇ ਨੇ। ਈਵਨ ਮੈਡਮਾਂ ਨੂੰ ਵੀ ਇਹ ਤੰਗ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਉਹਨਾਂ ਸਾਰਿਆਂ ਨੂੰ ਇਹ ਜਬਰੀ ਛੁੱਟੀ ਤੇ ਭੇਜ ਦਿੰਦੇ ਨੇ। ਹੁਣ ਜਬਰੀ ਛੁੱਟੀ ਜਿਨ੍ਹਾਂ ਨੇ 20-20 ਸਾਲ ਹੋ ਗਏ ਇੱਥੇ ਨੌਕਰੀਆਂ ਕਰਦੇ ਨੇ, ਆਹ ਬਿਲਡਿੰਗਾਂ ਇੰਡੀਆ ਦੀਆਂ ਬਣਾਈਆਂ, ਪਿੰਡ ਨੇ ਜ਼ਮੀਨ ਦਿੱਤੀ ਹੈ ਇੱਥੇ, ਆਹ ਇਸੇ ਮਿਹਨਤ ਤੇ ਕਰਕੇ, ਸਟਾਫ ਦੇ ਮਿਹਨਤ ਕਰਕੇ ਇਹ ਚੀਜ਼ ਬਣੀ ਆ, ਨਾ ਕਿ ਇਹਨਾਂ ਨੇ ਇਹ ਐਡੀਆਂ ਵੱਡੀਆਂ ਤਨਖਾਹ ਲੈ ਰਹੇ ਨੇ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹਨਾਂ ਦੀਆਂ ਤਨਖਾਹਾਂ, ਇੰਨੀਆਂ ਤਨਖਾਹਾਂ ਅਗਰ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਤਾਂ ਇਹ ਕਿੱਥੋਂ ਆ ਰਹੀਆਂ ਨੇ? ਸਟਾਫ ਆਪਣੀ ਜਗ੍ਹਾ ਤੇ ਠੀਕ ਹੈ ਬਿਲਕੁਲ ਜੀ, ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਨਾਨ ਟੀਚਿੰਗ ਸਟਾਫ ਲੋੜ ਤੋਂ ਬਹੁਤ ਜ਼ਿਆਦਾ ਹੈ, 10 ਗੁਣਾ ਜ਼ਿਆਦਾ, ਪਰ ਹੁਣ ਅਸੀਂ ਕਿਸੇ ਤੋਂ ਨਹੀਂ ਕਰਨਾ ਚਾਹੁੰਦੇ ਇਸ ਤਰੀਕੇ ਦੇ, ਅਤੇ ਸੈਲਰੀ ਦੀ ਪ੍ਰੋਬਲਮ ਹੈ, 7 ਮਹੀਨੇ ਹੋ ਗਏ ਸੈਲਰੀ ਨਹੀਂ ਆਈ, ਇਹਦੇ ਨੂੰ ਅਸੀਂ ਹੁਣ ਨਾ ਕੰਮ ਹੋਣ ਕਰਕੇ ਛੁੱਟੀ ਭੇਜਿਆ, ਕੱਢਿਆ ਕਿਸੇ ਨੂੰ ਵੀ ਨਹੀਂ ਹੈ, ਰਿਲੀਫ ਕਿਸੇ ਨੂੰ ਨਹੀਂ ਕਰ ਰਹੇ, ਛੁੱਟੀ ਭੇਜ ਰਹੇ ਹਾਂ। ਪੰਜਾਬ ਸਰਕਾਰ ਤੋਂ ਸਾਨੂੰ 3 ਸਾਲ ਹੋ ਗਏ, ਅੱਜ ਤੱਕ ਕੋਈ ਫੰਡ ਨਹੀਂ, 7 ਕਰੋੜ ਰੁਪਏ ਦੇ ਅਰਾਊਂਡ ਅਸੀਂ ਲੈਣਾ, ਹੁਣ ਜਦੋਂ ਉਹ ਅਮਾਊਂਟ ਸਾਡੇ ਕੋਲ ਨਹੀਂ ਆਊਗਾ ਅਸੀਂ ਸੈਲਰੀਜ਼ ਕਿੱਥੋਂ ਪੇ ਕਰ ਸਕਦੇ? ਸੈਲਫ ਫਾਈਨਾਂਸ ਕਾਲਜ ਹੈ, ਕਾਲਜ ਦੇ ਵਿੱਚ ਕੋਈ ਫੰਡਸ ਨਹੀਂ ਹੈ ਇਹਨਾਂ ਨੂੰ ਸੈਲਰੀਜ਼ ਦੇਣ ਵਾਸਤੇ, ਅਗਾਂਹ ਅਗਾਂਹ ਜੇ ਅਗਰ ਅਸੀਂ ਉਹਨਾਂ ਨੂੰ ਕੰਟੀਨਿਊ ਕਰਵਾਉਂਦੇ ਹਾਂ ਤੇ ਸਾਡੇ ਤੇ ਬਰਡਨ ਬਣਦਾ। ਮੇਰਾ ਨਾਮ ਰਾਜਪਾਲ ਕੌਰ ਹੈ ਜੀ, ਮੈਂ ਸਟੂਡੈਂਟ ਸੈਕਸ਼ਨ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੋਬ ਕਰਦੀ ਹਾਂ ਔਰ ਪਿਛਲੇ 20 ਸਾਲ ਤੋਂ ਇਸ ਕਾਲਜ ਦੇ ਵਿੱਚ ਅਪਾਇੰਟਡ ਹੈ ਜੀ। ਇਹ ਜਿੰਨੇ ਵੀ ਪੁਰਾਣੇ ਮੁਲਾਜ਼ਮ ਹੈ ਸਾਰਿਆਂ ਨੂੰ ਹਰਾਸਮੈਂਟ ਕਰ ਰਹੇ ਜੀ, ਪਿਛਲੇ 7-8 ਮਹੀਨੇ ਤੋਂ ਸਾਨੂੰ ਸੈਲਰੀ ਨਹੀਂ ਦੇ ਰਹੇ, ਹੁਣ ਸਾਨੂੰ ਸਾਰਿਆਂ ਨੂੰ ਇਹ ਜਬਰੀ ਛੁੱਟੀ ਤੇ ਭੇਜ ਰਹੇ ਆ ਜੀ। ਸਾਡੇ 1-1 ਸਾਲ ਜਬਰੀ ਛੁੱਟੀ ਦਾ ਨੋਟਿਸ ਇਹਨਾਂ ਨੇ ਕੱਢਿਆ ਵਾ, ਸਾਨੂੰ ਕਹਿੰਦੇ ਆ ਕਿ ਫਾਈਨੈਂਸ਼ੀਅਲੀ ਪ੍ਰੋਬਲਮ ਆ, ਜਦੋਂ ਕਿ ਜੇ ਫਾਈਨੈਂਸ਼ੀਅਲੀ ਪ੍ਰੋਬਲਮ ਆ ਤਾਂ ਫਿਰ ਇਹ ਚਾਰੇ ਪ੍ਰਿੰਸੀਪਲ ਜਿਹੜੇ ਆ ਜਾਂ 3 ਪ੍ਰਿੰਸੀਪਲ ਔਰ ਅਮਰਚੰਦ ਮੁਜਾਲ, ਇਹਨਾਂ ਦੀਆਂ ਤਨਖਾਹਾਂ ਦੇ ਪੈਸੇ ਕਿੱਥੋਂ ਆਉਂਦੇ ਆ ਜੀ?